ਕੋਰੋਨਾ ਵਾਇਰਸ ਕਰਕੇ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 1,47,000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੱਖ-ਵੱਖ ਦੇਸ਼ਾਂ ਦੇ ਵਿੱਚ ਲੋਕਡਾਊਨ ਕੀਤਾ ਗਿਆ ਹੈ, ਕਈ ਦੇਸ਼ ਬੰਦ ਪਏ ਨੇ। ਪੰਜਾਬ ਦੇ ਵਿੱਚ ਵੀ ਆਪਾਂ ਦੇਖਿਆ ਜਾਵੇ ਤਾਂ ਲੋਕਡਾਊਨ ਪਹਿਲੇ 21 ਦਿਨ ਸੀ ਅਤੇ 18 ਦਿਨ ਦਾ ਲੋਕਡਾਊਨ ਫਿਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜਿਹੜੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ, ਉਹਨਾਂ ਦੀ ਪਰੇਸ਼ਾਨੀਆਂ ਨੂੰ ਸਮਝਦੇ ਹੋਏ ਸਰਕਾਰਾਂ ਵੱਲੋਂ ਵੀ, ਪ੍ਰਸ਼ਾਸਨ ਵੱਲੋਂ ਵੀ, ਜਥੇਬੰਦੀਆਂ ਵੱਲੋਂ ਵੀ, NGO ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ। ਡਾਕਟਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਜਿਹੜੇ ਆਪਣੀ ਜਿਹੜੀ ਡਿਊਟੀ ਹੈ ਟਾਈਮ ਨਾਲ ਨਿਭਾ ਰਹੇ ਨੇ, ਇਮਾਨਦਾਰੀ ਨਾਲ ਨਿਭਾ ਰਹੇ ਨੇ। ਪ੍ਰਸ਼ਾਸਨ ਵਾਲੇ ਵੀਰਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ, ਲੇਕਿਨ ਕੁਝ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਦਾ ਅਜੇ ਤੱਕ ਕਿਤੇ ਵੀ ਜ਼ਿਕਰ ਨਹੀਂ ਆਇਆ। ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਸੰਗਰੂਰ ਦੇ ਵਿੱਚ। ਮੇਰੇ ਨਾਲ ਬਾਬਾ ਪਿਆਰਾ ਸਿੰਘ ਜੀ ਨੇ, ਭਾਈ ਹਰਜਿੰਦਰ ਸਿੰਘ ਮਾਝੀ ਨੇ, ਆਪਣੇ ਆਪਣੇ ਜਥੇਬੰਦੀਆਂ ਵੱਲੋਂ ਇਹਨਾਂ ਨੇ ਅੱਜ ਸਨਮਾਨਿਤ ਕੀਤਾ ਉਹਨਾਂ ਲੋਕਾਂ ਦਾ। ਸਭ ਤੋਂ ਪਹਿਲੇ ਬਾਬਾ ਪਿਆਰਾ ਸਿੰਘ ਜੀ ਤੋਂ ਜਾਣਦੇ ਹਾਂ ਇਹਨਾਂ ਜਥੇਬੰਦੀ ਦੇ ਬਾਰੇ ਅਤੇ ਇਹਨਾਂ ਨੇ ਜੋ ਸਨਮਾਨਿਤ ਕੀਤਾ ਹੈ ਉਸ ਦੇ ਬਾਰੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੀ ਜਥੇਬੰਦੀ ਬਾਰੇ ਜਾਣਨਾ ਚਾਹਾਂਗਾ ਕਿ ਆਪ ਜੀ ਜਥੇਬੰਦੀ ਕਿਹੜੀ ਹੈ ਅਤੇ ਕਦੋਂ ਤੋਂ ਆਪ ਜੀ ਇਹ ਸੇਵਾ ਕਰ ਰਹੇ ਹੋ ਜੀ? ਸ਼ਹੀਦ ਭਾਈ ਮਨੀ ਸਿੰਘ ਜੀ ਧਰਮ ਪ੍ਰਚਾਰ ਗ੍ਰੰਥੀ ਸਭਾ ਵੱਲੋਂ ਤਕਰੀਬਨ 1.5 ਮਹੀਨੇ ਤੋਂ ਲੱਗ ਕੇ ਜਿਹੜਾ ਆਹ ਕਰੋਨਾ ਵਾਇਰਸ ਦੇ ਦੌਰਾਨ ਉਹ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਾਠੀ ਸਿੰਘ ਪਾਠ ਕਰਨ ਤੋਂ ਵਿਹਲੇ ਹੋ ਗਏ ਸੀ, ਜਿਨ੍ਹਾਂ ਕੋਲ ਕੋਈ ਰੋਜ਼ੀ ਰੋਟੀ ਸਾਧਨ ਨਹੀਂ ਸੀਗਾ ਵਿਚਾਰੇ, ਅਸੀਂ ਗੁਰੂ ਦੀ ਕਿਰਪਾ ਨਾਲ ਉਹਨਾਂ ਤੱਕ ਵੀ ਜਿੰਨਾ ਕੁ ਸਰਿਆ ਸਮਾਨ, ਰਸੋਈ ਦਾ ਸਮਾਨ ਪਹੁੰਚਾਇਆ। ਪਰ ਹੁਣ ਅਸੀਂ ਦੇਖਦੇ ਹਾਂ ਕਰਫਿਊ ਲੱਗਿਆ ਹੋਇਆ, ਪ੍ਰਧਾਨ ਮੰਤਰੀ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਵੀ ਸਾਰੇ ਅੰਦਰ ਰਹਿਣਾ, ਪਰ ਉਹਦੇ ਦੌਰਾਨ ਜ਼ਰੂਰੀ ਹੋਣ ਕਰਕੇ ਪੁਲਿਸ ਵਿਭਾਗ, ਸਫਾਈ ਸੇਵਕ ਅਤੇ ਮੀਡੀਆ ਅਤੇ ਹੋਰ ਡਾਕਟਰ ਸਾਹਿਬਾਨ ਇਹ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ। ਪਰ ਇਹਨਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ, ਸਰਕਾਰ ਵੱਲੋਂ ਜਾਂ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ, ਸਫਾਈ ਸੇਵਕਾਂ ਨੂੰ, ਚੈਨਲ ਵਾਲਿਆਂ ਨੂੰ, ਡਾਕਟਰ ਸਾਹਿਬਾਂ ਨੂੰ ਉਤਸ਼ਾਹ ਕੀਤਾ ਗਿਆ, ਸ਼ਾਬਾਸ਼ ਦਿੱਤੀ ਗਈ, ਸਨਮਾਨਿਤ ਵੀ ਕੀਤਾ ਗਿਆ। ਪਰ ਮੈਂ ਇੱਕ ਦਿਨ ਦੇਖਿਆ ਜਿਹੜੇ ਸਾਡੇ ਵਿਚਾਰੇ ਘਰ ਘਰ ਆ ਕੇ ਏਜੰਸੀ 'ਚੋਂ, ਗਡਾਊਨ 'ਚੋਂ 10-10 ਸਿਲੰਡਰ ਰੇਹੜੀ 'ਚ ਰੱਖ ਕੇ ਕੱਚੇ ਪੱਕੇ ਪਾਹਾਂ 'ਚ ਗਰਮੀ ਵਿੱਚ ਅਤੇ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਲੋਕਾਂ ਦੇ ਘਰ ਸਿਲੰਡਰ ਪਹੁੰਚਾਉਂਦੇ ਨੇ। ਆ ਦੋ ਦੋ ਮੰਜ਼ਲਾਂ ਪੌੜੀਆਂ ਚੜ੍ਹ ਕੇ ਸਿਲੰਡਰ ਜਾਂਦੇ ਨੇ, ਉਹਨਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਮੈਨੂੰ ਬੜਾ ਤਰਸ ਹੈ ਉਹਨਾਂ ਦੇ ਵਿਚਾਰਾਂ 'ਤੇ ਵੀ, ਦੇਖੋ ਗਰੀਬ ਲੋਕ ਨੇ, ਇਹਨਾਂ ਨੂੰ ਬਿਮਾਰੀ ਦਾ ਅਸਰ ਹੋ ਸਕਦਾ, ਇਹ ਵੀ ਕਰਫਿਊ ਦੌਰਾਨ ਵਿਚਾਰੇ ਆਪਣੇ ਸੇਵਾਵਾਂ ਨਿਭਾ ਰਹੇ ਨੇ, ਵੀ ਇਹਨਾਂ ਦਾ ਵੀ ਸਨਮਾਨ ਹੋਣਾ ਜ਼ਰੂਰੀ ਹੈ। ਸੋ ਗੁਰੂ ਦੀ ਕਿਰਪਾ ਦੁਆਰਾ ਅਸੀਂ ਆਪਣੇ ਜਥੇਬੰਦੀ ਗ੍ਰੰਥੀ ਸਾਹਿਬ ਵੱਲੋਂ ਥੋੜ੍ਹਾ ਜਿਹਾ ਅੱਜ ਉਹਨਾਂ ਦਾ ਸਨਮਾਨ ਕਰਕੇ ਖੁਸ਼ੀ ਲੈ ਰਿਹਾ। ਮੇਰੇ ਨਾਲ ਹੋਰ ਵੀ ਜਥੇਬੰਦੀਆਂ ਨੂੰ ਆਪਣਾ ਵੀ ਉਹਦੇ ਬਾਰੇ ਵੀ ਦੱਸਣਗੇ, ਅਤੇ ਅਸੀਂ ਇਸ ਗੱਲ ਦਾ ਮਤਲਬ ਸਾਨੂੰ ਮਾਣ ਹੋ ਰਿਹਾ, ਖੁਸ਼ੀ ਹੋ ਰਹੀ ਹੈ ਕਿ ਗੁਰੂ ਨੇ ਸਾਨੂੰ ਇਹ ਮਤ ਬਖਸ਼ੀ ਕਿ ਉਹਨਾਂ ਦਾ ਵੀ ਥੋੜ੍ਹਾ ਬਹੁਤਾ ਮਾਣ ਸਨਮਾਨ ਕੀਤਾ ਜਾਵੇ। ਮੈਂ ਪ੍ਰਸ਼ਾਸਨ ਨੂੰ ਵੀ, ਹੋਰ ਜਥੇਬੰਦੇ ਬੇਨਤੀ ਕਰਦਾ ਵੀ ਜਿੱਥੇ ਹੋਰ ਲੋਕ ਸੇਵਾ ਨਿਭਾ ਰਹੇ ਨੇ, ਜ਼ਰੂਰੀ ਸੇਵਾਵਾਂ ਨੇ, ਜੇ ਇਹਨਾਂ ਦੇ ਸਿਲੰਡਰ ਨਾਲ ਸਾਡੇ ਚੁੱਲ੍ਹੇ ਚੱਲਣਗੇ ਅਤੇ ਰੋਟੀ ਪੱਕੂ ਤਾਂ ਸਾਰੀਆਂ ਸੇਵਾਵਾਂ ਨਿਭਾਉਣੇ, ਰੋਟੀ ਖਾ ਕੇ ਸੇਵਾ ਨਿਭਾਉਣਗੇ। ਮੈਂ ਕਹਿੰਦਾ ਸਭ ਤੋਂ ਪਹਿਲਾਂ ਜ਼ਿਆਦਾ ਇਹਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ, ਅਤੇ ਇਸ ਕਰਕੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਲੋੜਾਂ ਪੂਰੀਆਂ ਕੀਤੀਆਂ ਜਾਣ, ਇਹਨਾਂ ਦਾ ਮਾਣ ਸਨਮਾਨ ਕਰਕੇ ਹੌਸਲਾ ਅਫਜਾਈ ਕੀਤਾ ਜਾਵੇ ਤਾਂ ਕਿ ਆਪਣੀ ਸੇਵਾਵਾਂ ਨਿਰਵਿਘਨ ਇਹ ਨਿਭਾਉਂਦੇ ਰਹਿਣ। ਠੀਕ ਹੈ ਬਾਬੇ, ਬਹੁਤ ਧੰਨਵਾਦ ਜੀ। ਸਾਡੇ ਨਾਲ ਭਾਈ ਹਰਜਿੰਦਰ ਸਿੰਘ ਮਾਝੀ ਵੀ ਨੇ, ਜੋ ਕਿ ਪ੍ਰਚਾਰਕ ਵੀ ਨੇ, ਕਥਾ ਵਾਚਕ ਨੇ ਅਤੇ ਨਾਲ ਹੀ ਦਰਬਾਰੇ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਨੇ। ਵੱਖ ਵੱਖ ਸਮੇਂ ਦੇ ਵਿੱਚ, ਭਾਵੇਂ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਉਸ ਸਮੇਂ ਵੀ ਭਾਈ ਸਾਹਿਬ ਵੱਲੋਂ ਜਥੇਬੰਦੀ ਵੱਲੋਂ ਸੇਵਾ ਨਿਭਾਈ ਗਈ, ਅਤੇ ਇਸ ਵਾਰ ਵੀ ਜਦੋਂ ਤੋਂ ਲੋਕਡਾਊਨ ਸਟਾਰਟ ਹੋਇਆ ਉਦੋਂ ਤੋਂ ਭਾਈ ਸਾਹਿਬ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਇਹਦੇ ਬਾਰੇ ਜਾਣਕਾਰੀ ਲੈਣੇ ਭਾਈ ਸਾਹਿਬ ਜੀ, ਆਪ ਜੀ ਨੂੰ ਜਿਹੜਾ ਆਹ ਸੀਗਾ ਜੋ ਅੱਜ ਸਨਮਾਨ ਕੀਤਾ ਗਿਆ, ਕਿਵੇਂ ਮਨ 'ਚ ਖਿਆਲ ਆਇਆ ਜੀ?
ਦੇਖੋ ਜੀ, ਇਹ ਹੈ ਵੀ ਦਰਬਾਰੇ ਖਾਲਸਾ ਵੱਲੋਂ ਜਦੋਂ ਇਹ ਹਾਲਾਤ ਬਣੇ ਨੇ ਕਰਫਿਊ ਦੇ, ਲੋਕਡਾਊਨ ਦੇ, ਤਾਂ ਅਸੀਂ ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਫਰੀਦਕੋਟ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਸਾਰੇ ਵੀਰ ਵੱਖਰੇ ਵੱਖਰੇ ਤੌਰ 'ਤੇ ਲੱਗੇ ਹੋਏ ਨੇ। ਜਿਹੜੇ ਅਤਿ ਲੋੜਵੰਦ ਪਰਿਵਾਰ ਨੇ ਉਹ ਲਗਭਗ 3,000 ਤੋਂ 3,500 ਦੇ ਦਰਮਿਆਨ ਜਿਹੜਾ ਹੁਣ ਤੱਕ ਉਹਨਾਂ ਤੱਕ ਰਸਦਾਂ ਜਿਹੜੀਆਂ ਪਹੁੰਚਾਈਆਂ ਜਾ ਚੁੱਕੀਆਂ ਨੇ, ਜਿਹਦੇ ਵਿੱਚ ਸੰਗਰੂਰ ਦੇ ਵਿੱਚ 350 ਪਰਿਵਾਰ ਉਹ ਹੈ ਜਿਹੜਾ ਬਹੁਤ ਜ਼ਿਆਦਾ ਲੋੜਵੰਦ ਹੈ, ਜਿਨ੍ਹਾਂ ਦੇ ਮਤਲਬ ਕਿਸੇ ਦਾ ਅਧਰੰਗ ਦਾ ਮਰੀਜ਼ ਕੋਈ ਬੈੱਡ 'ਤੇ ਪਿਆ, ਕੋਈ ਕਿਵੇਂ, ਮਤਲਬ ਅਤਿ ਤਰਸਯੋਗ ਹਾਲਤ ਆ ਉਹਨਾਂ ਦੀ। ਅਤੇ ਉਹਨਾਂ ਤੱਕ ਜਿਹੜੀਆਂ ਰਸਦਾਂ ਦੀ ਸੇਵਾ ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਸੰਗਤ ਦੇ ਸਹਿਯੋਗ ਨਾਲ ਕੀਤੀ ਹੈ। ਸੋ ਇਹ ਹੁਣ ਭਾਈ ਪਿਆਰਾ ਸਿੰਘ ਜੀ ਨੇ ਜਿਵੇਂ ਆਪ ਜੀ ਨੂੰ ਦੱਸਿਆ, ਇਹਨਾਂ ਦਾ ਇਹ ਸੀਗਾ ਵਿਚਾਰ ਕਿ ਜਿਹੜੇ ਵੀਰ ਸਿਲੰਡਰਾਂ ਘਰ ਘਰ ਪਹੁੰਚਾ ਰਹੇ ਨੇ ਕਰਫਿਊ ਦੇ ਦੌਰਾਨ, ਉਹਨਾਂ ਨੂੰ ਅਸੀਂ ਥੋੜ੍ਹਾ ਜਿਹਾ ਉਹਨਾਂ ਦਾ ਸਹਿਯੋਗ ਵੀ ਹੋ ਜਾਵੇ ਅਤੇ ਉਹ ਸਨਮਾਨਿਤ ਕੀਤਾ ਜਾਵੇ ਉਹਨਾਂ ਨੂੰ। ਉਸ ਢੰਗ ਦੇ ਨਾਲ ਇਹ ਪ੍ਰੋਗਰਾਮ ਸਾਰਾ ਇਸ ਤਰ੍ਹਾਂ ਰੱਖਿਆ ਗਿਆ ਜੀ, ਅਤੇ ਇਹ ਬਹੁਤ ਜ਼ਰੂਰੀ ਹੈ। ਮੈਂ ਆਪ ਜੀ ਦੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਦੁਨੀਆ ਭਰ ਵਿੱਚ, ਪੰਜਾਬ ਵਿੱਚ ਜਿੱਥੇ ਵੀ ਸਾਡੇ ਭਰਾ ਵੱਸਦੇ ਨੇ, ਲੋਕ ਵੱਸਦੇ ਨੇ, ਕਿ ਅਸੀਂ ਜਿਹੜੇ ਵੀ ਲੋੜਵੰਦ ਲੋਕ ਨੇ, ਇੱਕ ਤਾਂ ਉਹ ਅਤੇ ਦੂਜਾ ਜਿਹੜੇ ਇਸ ਸਮੇਂ ਦੇ ਦੌਰਾਨ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦਾ ਪੂਰਾ ਪੂਰਾ ਖਿਆਲ ਹੈ ਉਹ ਰੱਖੀਏ ਜੀ। ਠੀਕ ਹੈ ਜੀ। ਭਾਈ ਸਾਹਿਬ ਜੀ, ਮੈਨੂੰ ਜਾਣਕਾਰੀ ਮਿਲੀ ਸੀ ਕਿ ਕਿਸੇ ਪਿੰਡ ਦੇ ਵਿੱਚ ਆਪ ਜੀ ਗਏ ਸੀਗੇ ਸਮਾਨ ਦੇਣ ਵਾਸਤੇ, ਅਤੇ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਜਥੇਬੰਦੀ ਆਈ ਹੈ, ਤਾਂ ਉਹਨਾਂ ਦੇ ਮਨ 'ਚ ਵਿਚਾਰ ਆਇਆ ਕਿ ਅਸੀਂ ਵੀ ਪਿੰਡ ਦੇ ਲੋਕਾਂ ਦੀ ਇੱਦਾਂ ਸਹਾਇਤਾ ਕਰੀਏ। ਸੋਸ਼ਲ ਮੀਡੀਆ ਦੇ ਵਿੱਚ ਵੀ ਆਪਾਂ ਇਹ ਦੇਖਦੇ ਹਾਂ, ਕਿਹਾ ਜਾਂਦਾ ਹੈ ਕਿ ਭਾਈ ਕੁਛ ਲੋਕ ਇਹੋ ਜਿਹੇ ਨੇ ਜਿਹੜੇ ਕਿ ਇੱਕ ਸਮਾਨ ਫੜਾ ਕੇ ਫੋਟੋ ਖਿਚਾ ਕੇ ਪਾ ਲੈਂਦੇ ਨੇ, ਇੱਦਾਂ ਨਹੀਂ ਕਰਨਾ ਚਾਹੀਦਾ। ਲੇਕਿਨ ਜਿਹੜੀ ਐਕਟੀਵਿਟੀ ਆਪ ਜੀ ਨੇ ਜਿਵੇਂ ਮੈਨੂੰ ਦੱਸੀ ਸੀ ਕਿ ਇੱਦਾਂ ਦਾ ਕਰਕੇ ਲੋਕ ਦੇਖ ਕੇ ਪਸੰਦ ਕਰਦੇ ਨੇ, ਅਤੇ ਲੋਕਾਂ ਦੇ ਅੰਦਰ ਵੀ ਉਤਸ਼ਾਹ ਜਾਗਦਾ ਕਿ ਅਸੀਂ ਵੀ ਇਹ ਕੰਮ ਕਰੀਏ, ਇਸ ਚੀਜ਼ ਨੂੰ ਆਪ ਜੀ ਕਿਵੇਂ ਵੇਖਦੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਏ ਜਿਹੜੇ ਸਹੀ ਕੰਮ ਨੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ, ਬਿਲਕੁਲ ਸਹੀ ਹੈ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਅਸੀਂ ਇੱਕ ਰਿਸਪੈਕਟ ਦਾ ਵੀ ਪੂਰਾ ਪੂਰਾ ਖਿਆਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਦੇ ਚਿਹਰੇ ਨਾ ਦਿਖਣ ਜਾਂ ਉਹਨਾਂ ਬਾਰੇ ਨਾ ਪਤਾ ਲੱਗੇ। ਪਰ ਕਈ ਵਾਰੀ ਅਚਨਚੇਤ ਹੁੰਦਾ ਵੀ ਉਹ ਚਿਹਰਾ ਦਿਖ ਵੀ ਜਾਂਦਾ ਕਿਤੇ ਕਿਤੇ, ਤਾਂ ਉਹ ਹੁਣ ਇਹ ਹੈ ਵੀ ਦੱਸਣਾ ਇਸ ਕਰਕੇ ਜ਼ਰੂਰੀ ਹੁੰਦਾ ਵੀ ਜਿੰਨਾ ਹੁਣ ਅਸੀਂ ਮੰਨ ਲਓ ਆਟਾ ਦੇ ਰਹੇ ਹਾਂ, ਜੋ ਵੀ ਰਸਦਾਂ ਦੇ ਰਹੇ ਹਾਂ, ਦਾਲਾਂ ਨੇ, ਤੇਲ ਨੇ, ਉਹ ਕੋਈ ਵੀ ਇੱਕ ਬੰਦਾ ਆਪਣੇ ਘਰੋਂ ਤਾਂ ਲਗਾਤਾਰ ਦੇ ਨਹੀਂ ਸਕਦਾ। ਜੇ ਅੱਜ 3,000-3,500 ਪਰਿਵਾਰ ਤੱਕ ਰਸਦਾਂ ਗਈਆਂ ਨੇ, ਤਾਂ ਉਹ ਅਸੀਂ ਸਾਨੂੰ ਸੰਗਤ ਨੇ ਕਿਹਾ ਵੀ ਕਿਸੇ ਨੇ 2 ਕੁਇੰਟਲ ਆਟਾ ਲਿਖਾਤਾ, ਕਿਸੇ ਨੇ ਕੁਇੰਟਲ ਕਹਿਤਾ, ਕਿਸੇ ਨੇ ਦਾਲਾਂ ਦੇਤੀਆਂ, ਕਿਸੇ ਨੇ ਤੇਲ ਦਿੱਤਾ, ਉਹ ਜਿਹੜਾ ਸਾਡੇ ਕੋਲ ਪਹੁੰਚਿਆ ਤਾਂ ਉਹ ਅਸੀਂ ਕਿੱਥੇ ਲਾ ਰਹੇ ਹਾਂ, ਉਹ ਸਾਨੂੰ ਦੱਸਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵੀ ਆਹ ਦੇਖੋ ਜੀ ਤੁਹਾਡਾ ਦਿੱਤਾ ਹੋਇਆ ਇੱਥੇ ਲੱਗ ਰਿਹਾ ਸੀ ਇਹ ਕੰਮ ਹੈ ਜਿਹੜਾ ਕਰ ਰਹੇ ਹਾਂ। ਸੋ ਇਸ ਢੰਗ ਦੇ ਨਾਲ ਵੀ ਅਸੀਂ ਦੋਨੋਂ ਗੱਲਾਂ ਨੇ, ਦੱਸਣਾ ਵੀ ਬਹੁਤ ਜ਼ਰੂਰੀ ਹੈ ਅਤੇ ਦੂਜੀ ਗੱਲ ਇਹ ਹੈ ਵੀ ਰਿਸਪੈਕਟ ਰੱਖਣੀ ਵੀ ਬਹੁਤ ਜ਼ਰੂਰੀ ਹੈ। ਪਰ ਕਈ ਪਰਿਵਾਰਾਂ ਦੀ ਐਸੀ ਪੋਜੀਸ਼ਨ ਹੁੰਦੀ ਹੈ ਵੀ ਐਸੀਆਂ ਉਹਨਾਂ ਦੀਆਂ ਦਰਦਨਾਕ ਸਟੋਰੀਆਂ ਨੇ, ਜਦੋਂ ਅਸੀਂ ਜਾਂਦੇ ਹਾਂ ਉੱਥੇ ਕੰਮ ਕਰਨ, ਤਾਂ ਫਿਰ ਜਿਵੇਂ ਹੁਣ ਇੱਕ ਭੈਣ ਸੀ, ਉਹਦਾ ਪਤੀ ਚੜ੍ਹਾਈ ਕਰ ਚੁੱਕਿਆ, 2-3 ਬੱਚੇ ਨੇ, ਉਹਨਾਂ ਨੂੰ ਆਪ ਹੀ ਪਾਲ ਰਹੀ ਹੈ, ਸਿਰ 'ਤੇ ਕੋਈ ਨਹੀਂ, ਪ੍ਰਸ਼ਾਸਨ ਵੱਲੋਂ ਅਜੇ ਤੱਕ ਉਹਨਾਂ ਕੋਲ ਨਹੀਂ ਸੀ ਪਹੁੰਚਿਆ ਰਸਦਾਂ, ਤਾਂ ਉਹ ਦੱਸਣਾ ਵੀ ਉੱਥੇ ਜ਼ਰੂਰੀ ਹੋ ਜਾਂਦਾ। ਸੋ ਇਸ ਤਰ੍ਹਾਂ ਦੋਨੋਂ ਪੱਖ ਨੇ, ਜਿਹੜੇ ਵੀ ਰੋਦਾਂ ਮਤਲਬ ਫੋਰਮੈਲਿਟੀ ਕਰ ਰਹੇ ਨੇ ਉਹ ਪਰਹੇਜ਼ ਕਰਨ ਇਹਨਾਂ ਗੱਲਾਂ ਤੋਂ, ਬਾਕੀ ਤਾਂ ਸੇਵਾਵਾਂ ਨੇ ਜਿਹੜੀਆਂ ਇਹ ਸੋਹਣੇ ਢੰਗ ਨਾਲ ਸਾਨੂੰ ਨਿਭਾਉਣੀ ਚਾਹੀਦੀਆਂ ਨੇ, ਕਿਉਂਕਿ ਇਹ ਗੁਰੂਆਂ ਦੇ ਨਾਂ 'ਤੇ ਵਸਣ ਵਾਲਾ ਪੰਜਾਬ ਹੈ, ਇੱਥੇ ਕੋਈ ਵੀ ਭੁੱਖਾ ਪੇਟ ਨਹੀਂ ਸੌਣਾ ਚਾਹੀਦਾ। ਸੋ ਇਸ ਕਰਕੇ ਇਹ ਸੇਵਾਵਾਂ ਨੇ ਜਿਹੜੀਆਂ ਨਿਭਾਈਆਂ ਜਾ ਰਹੀਆਂ ਨੇ। ਇਹ ਤੋਂ ਇਲਾਵਾ ਅਸੀਂ ਝੁੱਗੀਆਂ ਝੋਪੜੀਆਂ 'ਚ ਪਹੁੰਚ ਕੇ ਵੀ ਸੈਨੇਟਾਈਜ਼ਰ ਵਗੈਰਾ ਉਹਨਾਂ ਨੂੰ ਪਹਿਲਾਂ ਸਾਬਣਾ ਜੋ ਕੁਛ ਵੀ ਹੋ ਸਕਿਆ ਉਹਨਾਂ ਕੋ ਉਹ ਸੇਵਾਵਾਂ ਨਿਭਾਈਆਂ ਜੀ। ਠੀਕ ਹੈ ਭਾਈ ਸਾਹਿਬ ਜੀ, ਅਖੀਰ ਦਾ ਸਵਾਲ, ਵੈਸੇ ਇਹ ਸਵਾਲ ਮੈਂ ਇਸ ਸਮੇਂ ਕਰਨਾ ਨਹੀਂ ਚਾਹੁੰਦਾ, ਬਣਦਾ ਵੀ ਨਹੀਂ, ਲੇਕਿਨ ਫਿਰ ਵੀ ਮੈਂ ਕਰਨਾ ਚਾਹਾਂਗਾ ਕਿ ਜਿਵੇਂ ਕਿ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਆਪ ਜੀ ਨੇ ਵੀ ਦੱਸਿਆ ਅਤੇ ਹੋਰ ਵੱਖ ਵੱਖ ਪਿੰਡਾਂ ਤੋਂ ਵੀ ਆ ਰਿਹਾ ਕਿ
NGO ਵੱਲੋਂ ਜਥੇਬੰਦੀਆਂ ਵੱਲੋਂ ਤਾਂ ਸਹਾਇਤਾ ਕੀਤੀ ਜਾ ਰਹੀ ਹੈ, ਲੇਕਿਨ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾ ਰਹੀ, ਪਿੰਡ ਵਾਲੇ ਵੀ ਦੱਸ ਰਹੇ ਨੇ। ਹੁਣ ਲੋਕਡਾਊਨ ਜਦੋਂ ਵੀ ਖਤਮ ਹੋਏਗਾ, ਵੋਟਾਂ ਦਾ ਟਾਈਮ ਆਏਗਾ ਆਉਣ ਵਾਲੇ ਸਮੇਂ ਦੇ ਵਿੱਚ, ਕੀ ਲੋਕਾਂ ਨੂੰ ਇਸ ਗੱਲ ਦਾ ਉਸ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਜਾਂ ਨਹੀਂ ਰੱਖਣਾ ਚਾਹੀਦਾ? ਬਿਲਕੁਲ ਰੱਖਣਾ ਚਾਹੀਦਾ ਜੀ। ਦੂਜੀ ਗੱਲ ਇਹ ਹੈ ਵੀ ਮੈਂ ਇੱਕ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਜਿਹੜਾ ਹੁਣ ਸਮਾਨ ਹੈ, ਰਾਸ਼ਨ, ਉਹ ਆ ਰਿਹਾ, ਪਰ ਉਹ ਸਾਡੇ ਜਿਹੜੇ ਲੋਕਲ ਲੀਡਰ ਨੇ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਕਈ ਐਸੇ ਸੱਜਣ ਨੇ ਜਿਹੜੇ ਬਹੁਤ ਸੋਹਣੇ ਢੰਗ ਨਾਲ ਸੇਵਾਵਾਂ ਨਿਭਾਉਂਦੇ ਨੇ, ਕੁਝ ਇਹੋ ਜਿਹੇ ਨੇ ਜਿਹੜੇ ਭਵਿੱਖ ਦੇ MC ਦੇ ਕੈਂਡੀਡੇਟ ਨੇ ਜਾਂ ਸਰਪੰਚੀ ਦੀ ਚੋਣ ਲੜਨਾ ਚਾਹੁੰਦੇ ਨੇ। ਮੈਂ ਕਹਿੰਦਾ ਵੀ ਮੈਨੂੰ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਤਰਸ ਆਉਂਦਾ, ਉਹ ਉਹਨਾਂ ਦੀ ਸੁਰਤ ਨੂੰ ਕਰੋਨਾ ਹੋ ਚੁੱਕਿਆ। ਇੱਕ ਤਾਂ ਸਰੀਰ ਨੂੰ ਕਰੋਨੇ ਦੀ ਗੱਲ ਕਰਦੇ ਨੇ ਵੀ ਉਹ ਕੀ ਹੈ, ਉਹਦੇ ਇੱਕ ਬਹੁਤ ਵੱਡੀ ਡਿਬੇਟ ਦੀ ਲੋੜ ਹੈ। ਇੱਕ ਸੁਰਤ ਨੂੰ ਕਰੋਨਾ ਹੋ ਚੁੱਕਿਆ ਉਹਨਾਂ ਬੰਦਿਆਂ ਦੇ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਰਸਦਾਂ ਦੇਣ ਲੱਗੇ, ਆਪਣੀਆਂ ਵੋਟਾਂ ਪੱਕੀਆਂ ਕਰਨ ਲੱਗੇ ਪਏ ਨੇ ਕਿ ਜਿਹੜਾ ਸਾਨੂੰ ਵੋਟ ਪਾਉਂਦਾ ਨਹੀਂ ਦਿਖਦਾ ਉਹਨੂੰ ਰਸਦਾਂ ਨਹੀਂ ਪਹੁੰਚਾਉਣੀਆਂ। ਸੋ ਉਹ ਉਹਨਾਂ ਦੀ ਬਹੁਤ ਮਾੜੀ ਗੱਲ ਹੈ ਮੈਂ ਸਮਝਦਾ, ਪਰ ਫਿਰ ਵੀ ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਸਾਰਿਆਂ ਨੇ ਆਪੋ ਆਪਣੇ ਤੌਰ 'ਤੇ ਕੰਮ ਕੀਤਾ, ਅਤੇ ਹੁਣ ਸਰਕਾਰ ਵੱਲੋਂ ਵੀ ਜਿਹੜੀਆਂ ਰਸਦਾਂ ਨੇ ਉਹ ਪਹੁੰਚ ਰਹੀਆਂ ਨੇ, ਹੇਠਲੇ ਜਿਹੜੇ ਸਾਡੇ ਲੋਕਲ ਬੰਦੇ ਨੇ ਉਹ ਇਮਾਨਦਾਰੀ ਦਿਖਾਉਣ ਜੀ। ਠੀਕ ਹੈ ਵੀ, ਸਾਡੇ ਨਾਲ ਭਾਈ ਹਰਦੀਪ ਸਿੰਘ ਜੀ ਵੀ ਨੇ, ਸਿੱਖ ਪ੍ਰਚਾਰਕ ਨੇ, ਇਹਨਾਂ 'ਤੇ ਵੀ ਵਿਚਾਰ ਲੈਂਦੇ ਹਾਂ। ਭਾਈ ਸਾਹਿਬ ਜੀ, ਆਪ ਜੀ ਦੱਸੋ ਜੀ, ਜਿਹੜਾ ਅੱਜ ਇਹ ਸਨਮਾਨ ਕੀਤਾ ਗਿਆ ਇਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਜਿਹੜਾ ਇਹ ਅੱਜ ਜੋ ਸਮਾਗਮ ਹੋਇਆ ਹੈਗਾ, ਇਹਦੇ ਵਿੱਚ ਜਿਹੜੇ ਗੈਸ ਸਿਲੰਡਰ ਵਾਲੇ ਜਿਹੜੇ ਹੈਗੇ ਨੇ, ਘਰ ਘਰ ਜਾ ਕੇ ਗੈਸ ਦਿੰਦੇ ਨੇ, ਇਹਨਾਂ ਦਾ ਜੋ ਸਨਮਾਨ ਕੀਤਾ ਗਿਆ, ਮਨ ਖੁਸ਼ ਹੋਇਆ, ਬਹੁਤ ਵਧੀਆ। ਕਿਉਂਕਿ ਇਹ ਵੀ ਦੁਪਹਿਰੇ ਧੁੱਪ ਦੇ ਵਿੱਚ ਜਾ ਕੇ ਦੂਰੋਂ ਦੂਰੋਂ ਆ ਕੇ ਸਿਲੰਡਰ ਡਿਵਾਈਡ ਕਰਦੇ ਨੇ। ਬਾਕੀ ਜਿਹੜਾ ਗੌਰਮੈਂਟ ਵੱਲੋਂ ਇਹ ਜਿੰਨੇ ਵੀ ਸੇਵਾਦਾਰ ਸੇਵਾ ਕਰ ਰਹੇ ਨੇ, ਆਪਣੀਆਂ ਡਿਊਟੀਆਂ ਨਿਭਾ ਰਹੇ ਨੇ, ਇਹਨਾਂ ਦਾ ਜਿਹੜਾ ਇੰਸ਼ੋਰੈਂਸ ਹੋਣਾ ਜ਼ਰੂਰੀ ਹੈ, ਕਿਉਂਕਿ ਇਹੋ ਜਿਹੇ ਮਾਹੌਲ ਵਿੱਚ ਇਹਨਾਂ ਦੀ ਜਾਨ ਨੂੰ ਵੀ ਖਤਰਾ ਹੈਗਾ। ਸੋ ਬਾਕੀ ਰਹੀ ਗੱਲ, ਜਿਸ ਤਰ੍ਹਾਂ ਕਈ ਵਾਰ ਅਸੀਂ ਸੋਸ਼ਲ ਮੀਡੀਆ 'ਤੇ ਪੜ੍ਹਦੇ ਰਹਿੰਦੇ ਹਾਂਗੇ ਵੀ ਜਦੋਂ ਕੋਈ ਸੇਵਾ ਨਿਭਾਉਂਦਾ ਤਾਂ ਉਹਦੀਆਂ ਫੋਟੋਆਂ ਵਗੈਰਾ ਤੁਸੀਂ ਉਹਦੇ 'ਤੇ ਨੈੱਟ 'ਤੇ ਨਾ ਪਾਓ ਜਾਂ ਉਹਦੀ ਜਾਣਕਾਰੀ ਨਾ ਦਿਓ। ਜੇ ਆਪਾਂ ਜਾਣਕਾਰੀ ਨਹੀਂ ਦੇਵਾਂਗੇ ਤਾਂ ਉਹਦਾ ਪ੍ਰਚਾਰ ਕਿੱਦਾਂ ਹੋਏਗਾ? ਜਿਸ ਤਰ੍ਹਾਂ ਆਪਾਂ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ, ਗੁਰਬਾਣੀ ਦਾ ਜਾਂ ਇਤਿਹਾਸ ਦਾ ਪ੍ਰਚਾਰ ਆਪਾਂ ਨੈੱਟ ਮਾਧਿਅਮ ਰਾਹੀਂ ਕਰਦੇ ਹਾਂ ਤਾਂ ਕਿ ਲੋਕਾਂ ਨੂੰ ਜਾਣਕਾਰੀ ਮਿਲੇ, ਜੇ ਸੇਵਾ ਦਾ ਪ੍ਰਚਾਰ ਕਰਾਂਗੇ ਤਾਂ ਸੇਵਾ ਕਰਨ ਵਾਲਿਆਂ ਦੇ ਮਨ 'ਚ ਵੀ ਉੱਦਮ ਜਾਗਦਾ। ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਕਿਸੇ ਪਿੰਡ 'ਚ ਗਏ ਸੀਗੇ, ਅਸੀਂ ਕਿਸੇ ਨੂੰ ਰਾਸ਼ਨ ਦੇਣਾ ਸੀ, ਜਦੋਂ ਪਿੰਡ ਵਾਲਿਆਂ ਨੇ ਦੇਖਿਆ ਵੀ ਆਹ ਚੀਜ਼ਾਂ ਵੀ ਵੰਡਣੀਆਂ ਜ਼ਰੂਰੀ ਨੇ, ਅਤੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਸਾਨੂੰ ਅੱਗੋਂ ਪਤਾ ਲੱਗਿਆ ਵੀ ਉਹਨਾਂ ਨੇ ਆਪਣੇ ਸਾਰੇ ਪਿੰਡ ਦੇ ਵਿੱਚ ਚੀਜ਼ਾਂ ਵੰਡੀਆਂ। ਸੋ ਇਸ ਕਰਕੇ ਇਹ ਵੀ ਬਹੁਤ ਜ਼ਰੂਰੀ ਹੈਗਾ, ਕਿਉਂਕਿ ਇਹਦੇ ਨਾਲ ਉਤਸ਼ਾਹ ਬਣਦਾ ਅਗਲੇ ਨੂੰ ਦੇਖ ਕੇ। ਇਹਦੇ 'ਚ ਇਹ ਹੈ ਵੀ ਕਈ ਇਹ ਵੀ ਕਹਿ ਦਿੰਦੇ ਨੇ ਵੀ ਤੁਸੀਂ ਜਿਹੜਾ ਆਹ ਸਮਾਨ ਰਾਸ਼ਨ ਵਗੈਰਾ ਦਿੰਦੇ ਹੋ ਵੀ ਗੈਰ ਸਿੱਖ ਲੋਕਾਂ ਨੂੰ ਨਾ ਦਿਓ, ਕਈ ਵਾਰ ਸੋਸ਼ਲ ਮੀਡੀਆ 'ਤੇ ਪਾਇਆ ਹੁੰਦਾ। ਪਰ ਹੁਣ ਜੇ ਆਪਾਂ ਸੋਚੀਏ, ਗੁਰੂ ਮਹਾਰਾਜ ਨੇ ਆਪਾਂ ਨੂੰ ਸਾਰਿਆਂ ਦੀ ਸੇਵਾ ਕਰਨ ਦਾ ਜੋ ਉੱਦਮ ਬਖਸ਼ਿਆ ਹੈਗਾ, ਕੋਈ ਵੀ ਲੋੜਵੰਦ ਹੈ ਜੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ, ਜੇ ਆਪਾਂ ਦੇਖਦੇ ਹਾਂ ਵੀ ਉਹ ਵਾਕਈ ਮਜਬੂਰ ਹੈ, ਉਹਦੇ ਘਰ ਵਿੱਚ ਰਾਸ਼ਨ ਨਹੀਂ, ਤਾਂ ਇੱਕ ਸਿੱਖ ਦਾ ਫਰਜ਼ ਬਣਦਾ ਗੁਰੂ ਦਾ ਸਿੱਖ ਹੋਣ ਦੇ ਨਾਤੇ ਉਹਦੀ ਮਦਦ ਕਰਨ ਦਾ। ਭਾਈ ਘਨੱਈਆ ਜੀ ਨੇ ਜੋ ਜੰਗ ਦੇ ਮੈਦਾਨ ਵਿੱਚ ਆਪਾਂ ਮੰਨਦੇ ਹਾਂ ਵੀ ਸਾਹਮਣੇ ਜਿਹੜੇ ਮੁਗਲ ਜਿਹੜੇ ਸਿੱਖਾਂ ਨੂੰ ਖਤਮ ਕਰਨ ਦੀ ਤਾਕ ਰੱਖਦੇ ਸੀ, ਉਹਨਾਂ ਨੂੰ ਵੀ ਜ਼ਖਮੀ ਹੋਇਆਂ ਨੂੰ ਜਲ ਛਕਾਇਆ। ਸੋ ਉੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਵੀ ਬੈਰ ਵਿਰੋਧ ਦੀ ਭਾਵਨਾ ਮਨ ਦੇ ਵਿੱਚੋਂ ਕੱਢ ਕੇ ਜੇ ਪੰਗਤ ਵਿੱਚ ਕੋਈ ਆ ਕੇ ਬਹਿ ਗਿਆ, ਖਾਲਸੇ ਦੀ ਕੋਈ ਸ਼ਰਨ ਵਿੱਚ ਆ ਗਿਆ, ਤਾਂ ਸਾਡਾ ਫਰਜ਼ ਬਣਦਾ ਉਹਨੂੰ ਸ਼ਰਨ ਵਿੱਚ ਦੇਣਾ, ਭਾਵ ਉਹਦੀ ਹੈਲਪ ਕਰਨੀ, ਉਹਦੀ ਮਦਦ ਕਰਨੀ। ਸੋ ਇਸ ਕਰਕੇ ਇੱਕ ਗੁਰੂ ਦੇ ਸਿੱਖ ਦਾ ਫਰਜ਼ ਹੈ ਵੀ ਜਿਹੜਾ ਵੀ ਲੋੜਵੰਦ ਹੈ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਅਗਰ ਸਿੱਖ ਸੰਗਤ ਉਹਨੂੰ ਉਹ ਦੇ ਸਕਦੀ ਹੈ ਚੀਜ਼, ਜਿਸ ਤਰ੍ਹਾਂ ਮਤਲਬ ਕੋਈ ਘਰੇਲੂ ਰਾਸ਼ਨ ਹੈ ਜਾਂ ਕੋਈ ਦਵਾਈ ਬੂਟੀ ਦੀ ਲੋੜ ਹੈ, ਸੋ ਉਸ ਕਰਕੇ ਸਾਡਾ ਫਰਜ਼ ਬਣਦਾ। ਇਹ ਫਰਜ਼ ਸਾਨੂੰ ਸਭ ਨੂੰ ਸਮਝਣੇ ਚਾਹੀਦੇ ਨੇ, ਜਿੰਨੇ ਜਿੰਨਾ ਕੋਈ ਯੋਗਾ ਹੈਗਾ, ਸਭ ਨੂੰ ਰਲ ਮਿਲ ਕੇ ਸੇਵਾ ਨਿਭਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।